ਹੋਲੀ ਮੌਕੇ ਸ਼ਰਾਬੀਆਂ ਦਾ ਹਾਲ ਵੇਖ ਲਓ, ਕਿਵੇਂ ਰੰਗ ਦੇ ਵਿੱਚ ਰੰਗੇ ਹੋਏ ਠੇਕਿਆਂ ਦੇ ਬਾਹਰ ਖੜੇ ਪੈਗ ਲਾਈ ਜਾ ਰਹੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸ਼ਰੇਆਮ ਖੁੱਲ੍ਹੇਆਮ ਦਾਰੂ ਪੀਣਾ ਮਨਾ ਏ, ਪਰ ਇਹਨਾਂ ਨੇ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਨੇ। ਕੋਲ ਖੜੇ ਇੱਕ ਸ਼ਖਸ ਦੇ ਵੱਲੋਂ ਇਹ ਗੈਰ ਕਾਨੂੰਨੀ ਐਕਟੀਵਿਟੀ ਦੀ ਵੀਡੀਓ ਬਣਾ ਲਈ ਗਈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਕਾਫੀ ਵਾਇਰਲ ਹੋ ਰਹੀ ਹੈ। ਦੇਖ ਸਕਦੇ ਹੋ ਕਿ ਕਿਵੇਂ ਨਿੱਕੇ ਨਿੱਕੇ ਨੌਜਵਾਨ, ਘੱਟ ਉਮਰਾਂ ਦੇ ਨੌਜਵਾਨ ਮੂੰਹ ਨੂੰ ਬੋਤਲਾਂ ਲਾ ਰਹੇ ਨੇ, ਸ਼ਰਾਬ ਪੀ ਰਹੇ ਨੇ ਖੁੱਲ੍ਹੇਆਮ। ਨਾ ਹੀ ਕੋਈ ਠੇਕੇ ਵਾਲਾ ਮਨਾ ਕਰ ਰਿਹਾ ਹੈ ਅਤੇ ਨਾ ਹੀ ਕੋਈ ਪੁਲਿਸ ਵਾਲਾ ਨੇੜੇ। ਹਾਲਾਂਕਿ ਨੇੜੇ ਤੇੜੇ ਪੁਲਿਸ ਵਾਲਾ ਕੋਈ ਹੈ ਜਾਂ ਨਹੀਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਜੇਕਰ ਤੁਸੀਂ ਵੀ ਕਿਸੇ ਨੂੰ ਐਵੇਂ ਖੁੱਲ੍ਹੇਆਮ ਸ਼ਰਾਬ ਪੀਂਦੇ ਹੋਏ ਦੇਖਦੇ ਹੋ ਤਾਂ ਤੁਸੀਂ ਮਨਾ ਕਰ ਸਕਦੇ ਹੋ, ਤੁਹਾਡੇ ਕੋਲ ਅਧਿਕਾਰ ਹੈ, ਕਿਉਂਕਿ IPC ਦੀ ਧਾਰਾ 510 ਦੇ ਵਿੱਚ ਇੰਜ ਕਰਨਾ ਅਪਰਾਧ ਹੈ। ਖੁੱਲ੍ਹੇਆਮ ਸੜਕ 'ਤੇ ਸਮੋਕ ਕਰਨਾ, ਡਰਿੰਕ ਕਰਨਾ ਕਾਨੂੰਨੀ ਅਪਰਾਧ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਦੀਆਂ, ਜਿੱਥੇ ਇੱਕ ਤਰਫ ਤਾਂ ਪੁਲਿਸ ਦੇ ਵੱਲੋਂ ਹੋਲੀ ਮੌਕੇ ਹੜਦੰਗ ਮਚਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਸ਼ੋਰ ਸ਼ਰਾਬੇ ਜਿਹੜੇ ਲੋਕ ਕਰ ਰਹੇ ਨੇ, ਹੜਦੰਗ ਜਿਹੜੇ ਨੌਜਵਾਨ ਮਚਾ ਰਹੇ ਨੇ, ਉਹਨਾਂ ਨੂੰ ਤਰੀਕੇ ਦੇ ਨਾਲ ਕਾਬੂ ਲਿਆਇਆ ਗਿਆ, ਸਜ਼ਾ ਵੀ ਦਿੱਤੀ ਗਈ, ਕਈ ਮੋਟਰਸਾਈਕਲ ਵੀ ਇੰਪਾਊਂਡ ਕੀਤੇ ਗਏ। ਤਾਂ ਦੂਜੇ ਪਾਸੇ ਦੀਆਂ ਇਹ ਤਸਵੀਰਾਂ ਜੋ ਕਿ ਪਟਿਆਲਾ ਦੇ ਸ਼ੇਰ ਵਾਲਾ ਗੇਟ ਦੀਆਂ ਨੇ, ਜਿੱਥੇ ਛੋਟੀ ਬਾਰਾਦਰੀ ਚੌਕ ਦੇ ਕੋਲ ਸ਼ਰਾਬ ਦੇ ਠੇਕੇ ਅੱਗੇ ਇਹ ਕੁਝ ਨੌਜਵਾਨ ਸ਼ਰੇਆਮ ਦਿਨ ਦਿਹਾੜੇ ਦਾਰੂ ਪੀਂਦੇ ਹੋਏ ਨਜ਼ਰ ਆਏ ਨੇ। ਰੰਗ ਚਰੰਗੇ ਹੋਏ ਇਹ ਨੌਜਵਾਨ ਇੰਨੀ ਮਸਤੀ ਦੇ ਵਿੱਚ ਨੇ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੀ ਵੀਡੀਓ ਬਣ ਰਹੀ ਹੈ। ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਇਹ ਲੜਾਈ ਵੀ ਕਰ ਸਕਦੇ ਨੇ, ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਖੁੱਲ੍ਹੇਆਮ ਸ਼ਰੇਆਮ ਇੰਜ ਦਾਰੂ ਪੀਣਾ ਸੜਕ 'ਤੇ ਸਖਤ ਮਨਾ ਹੈ। ਅਤੇ ਹੁਣ ਵੇਖਣਾ ਇਹ ਹੋਵੇਗਾ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਦੇਖਦੇ ਹਾਂ ਕਿ ਪੁਲਿਸ ਇਹਨਾਂ ਖਿਲਾਫ ਕੀ ਕਾਰਵਾਈ ਕਰਦੀ ਹੈ। ਹੋਲੀ ਮੌਕੇ ਸ਼ਰਾਬੀਆਂ ਦਾ ਹਾਲ ਵੇਖ ਲਓ, ਕਿਵੇਂ ਰੰਗ ਦੇ ਵਿੱਚ ਰੰਗੇ ਹੋਏ ਠੇਕਿਆਂ ਦੇ ਬਾਹਰ ਖੜੇ ਪੈਗ ਲਾਈ ਜਾ ਰਹੇ ਨੇ। ਇਹਨਾਂ ਨੂੰ ਇਹ ਨਹੀਂ ਪਤਾ ਕਿ ਸ਼ਰੇਆਮ ਖੁੱਲ੍ਹੇਆਮ ਦਾਰੂ ਪੀਣਾ ਮਨਾ ਏ, ਪਰ ਇਹਨਾਂ ਨੇ ਕਾਨੂੰਨ ਦੀਆਂ ਤੱਜੀਆਂ ਉਡਾਈਆਂ ਨੇ। ਕੋਲ ਖੜੇ ਇੱਕ ਸ਼ਖਸ ਦੇ ਵੱਲੋਂ ਇਹ ਗੈਰ ਕਾਨੂੰਨੀ ਐਕਟੀਵਿਟੀ ਦੀ ਵੀਡੀਓ ਬਣਾ ਲਈ ਗਈ ਅਤੇ ਇਸ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਕਾਫੀ ਵਾਇਰਲ ਹੋ ਰਹੀ ਹੈ। ਦੇਖ ਸਕਦੇ ਹੋ ਕਿ ਕਿਵੇਂ ਨਿੱਕੇ ਨਿੱਕੇ ਨੌਜਵਾਨ, ਘੱਟ ਉਮਰਾਂ ਦੇ ਨੌਜਵਾਨ ਮੂੰਹ ਨੂੰ ਬੋਤਲਾਂ ਲਾ ਰਹੇ ਨੇ, ਸ਼ਰਾਬ ਪੀ ਰਹੇ ਨੇ ਖੁੱਲ੍ਹੇਆਮ। ਨਾ ਹੀ ਕੋਈ ਠੇਕੇ ਵਾਲਾ ਮਨਾ ਕਰ ਰਿਹਾ ਹੈ ਅਤੇ ਨਾ ਹੀ ਕੋਈ ਪੁਲਿਸ ਵਾਲਾ ਨੇੜੇ। ਹਾਲਾਂਕਿ ਨੇੜੇ ਤੇੜੇ ਪੁਲਿਸ ਵਾਲਾ ਕੋਈ ਹੈ ਜਾਂ ਨਹੀਂ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਜੇਕਰ ਤੁਸੀਂ ਵੀ ਕਿਸੇ ਨੂੰ ਐਵੇਂ ਖੁੱਲ੍ਹੇਆਮ ਸ਼ਰਾਬ ਪੀਂਦੇ ਹੋਏ ਦੇਖਦੇ ਹੋ ਤਾਂ ਤੁਸੀਂ ਮਨਾ ਕਰ ਸਕਦੇ ਹੋ, ਤੁਹਾਡੇ ਕੋਲ ਅਧਿਕਾਰ ਹੈ, ਕਿਉਂਕਿ IPC ਦੀ ਧਾਰਾ 510 ਦੇ ਵਿੱਚ ਇੰਜ ਕਰਨਾ ਅਪਰਾਧ ਹੈ। ਖੁੱਲ੍ਹੇਆਮ ਸੜਕ 'ਤੇ ਸਮੋਕ ਕਰਨਾ, ਡਰਿੰਕ ਕਰਨਾ ਕਾਨੂੰਨੀ ਅਪਰਾਧ ਹੈ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਟਿਆਲਾ ਦੀਆਂ, ਜਿੱਥੇ ਇੱਕ ਤਰਫ ਤਾਂ ਪੁਲਿਸ ਦੇ ਵੱਲੋਂ ਹੋਲੀ ਮੌਕੇ ਹੜਦੰਗ ਮਚਾਉਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਸ਼ੋਰ ਸ਼ਰਾਬੇ ਜਿਹੜੇ ਲੋਕ ਕਰ ਰਹੇ ਨੇ, ਹੜਦੰਗ ਜਿਹੜੇ ਨੌਜਵਾਨ ਮਚਾ ਰਹੇ ਨੇ, ਉਹਨਾਂ ਨੂੰ ਤਰੀਕੇ ਦੇ ਨਾਲ ਕਾਬੂ ਲਿਆਇਆ ਗਿਆ, ਸਜ਼ਾ ਵੀ ਦਿੱਤੀ ਗਈ, ਕਈ ਮੋਟਰਸਾਈਕਲ ਵੀ ਇੰਪਾਊਂਡ ਕੀਤੇ ਗਏ। ਤਾਂ ਦੂਜੇ ਪਾਸੇ ਦੀਆਂ ਇਹ ਤਸਵੀਰਾਂ ਜੋ ਕਿ ਪਟਿਆਲਾ ਦੇ ਸ਼ੇਰ ਵਾਲਾ ਗੇਟ ਦੀਆਂ ਨੇ, ਜਿੱਥੇ ਛੋਟੀ ਬਾਰਾਦਰੀ ਚੌਕ ਦੇ ਕੋਲ ਸ਼ਰਾਬ ਦੇ ਠੇਕੇ ਅੱਗੇ ਇਹ ਕੁਝ ਨੌਜਵਾਨ ਸ਼ਰੇਆਮ ਦਿਨ ਦਿਹਾੜੇ ਦਾਰੂ ਪੀਂਦੇ ਹੋਏ ਨਜ਼ਰ ਆਏ ਨੇ। ਰੰਗ ਚਰੰਗੇ ਹੋਏ ਇਹ ਨੌਜਵਾਨ ਇੰਨੀ ਮਸਤੀ ਦੇ ਵਿੱਚ ਨੇ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੀ
ਵੀਡੀਓ ਬਣ ਰਹੀ ਹੈ। ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਇਹ ਲੜਾਈ ਵੀ ਕਰ ਸਕਦੇ ਨੇ, ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਖੁੱਲ੍ਹੇਆਮ ਸ਼ਰੇਆਮ ਇੰਜ ਦਾਰੂ ਪੀਣਾ ਸੜਕ 'ਤੇ ਸਖ਼ਤ ਮਨਾ ਹੈ। ਅਤੇ ਹੁਣ ਵੇਖਣਾ ਇਹ ਹੋਵੇਗਾ, ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਦੇਖਦੇ ਹਾਂ ਕਿ ਪੁਲਿਸ ਇਹਨਾਂ ਖਿਲਾਫ਼ ਕੀ ਕਾਰਵਾਈ ਕਰਦੀ ਹੈ।